ਔਰ ਸਾਰਾ ਪ੍ਰਬੰਧ ਕੀਤਾ ਗਿਆ ਹੈ ਮੰਡੀਆਂ ਹੁਣ ਤੇ 3800 ਦੇ ਕਰੀਬ ਮੰਡੀਆਂ ਨੇ ਸਾਰਾ ਪ੍ਰਬੰਧ ਸਾਡੇ ਅਫਸਰਾਂ ਦਾ ਸਾਡੇ ਮੁਲਾਜ਼ਮਾਂ ਦਾ ਸਾਰਾ ਹੋ ਚੁੱਕਿਆ ਔਰ ਥੋੜੀ 15 ਤਰੀਕ ਤੋਂ ਫਸਟ ਆਨ ਲੱਗੇਗੀ ਮੰਡੀਆਂ ਦੇ ਵਿੱਚ ਅਸੀਂ ਪੂਰੀ ਤਿਆਰੀ ਰੱਖੀ ਹੈ ਇੱਕ ਦਾਣਾ ਅਸੀਂ ਕਣਕ ਦਾ ਰਹਿ ਨਹੀਂ ਦੇਣਾ ਇਹ ਜਿਹੜਾ ਕਰੋਨਾ ਵਾਇਰਸ ਹੈ ਇਹਦੇ ਕਰਕੇ ਸਾਨੂੰ ਥੋੜੇ ਬਹੁਤੀ ਤਬਦੀਲੀ ਆਪਣੀ ਪਾਲਿਸੀ ਦੇ ਵਿੱਚ ਲੈਉਣੀ ਪਈ ਔਰ ਉਹ ਹੈ ਕਿ ਲੋਕ ਤਾਂ ਪਹਿਲਾਂ ਵੱਢ ਕੇ ਆਪਣੀ ਟੋਲੀਆਂ ਭਰ ਕੇ ਮੰਡੀਆਂ ਤੇ ਪਹੁੰਚ ਜਾਂਦੇ ਸੀ ਹੁਣ ਅਸੀਂ ਹਰ ਪਿੰਡ ਦੇ ਵਿੱਚ ਅਸੀਂ ਤੁਹਾਨੂੰ ਪਾਸ ਦੇਵਾਂਗੇ ਜੇ ਦਿਨ ਔਰ ਜਿਹੜੇ ਟਾਈਮ ਤੇ ਤੁਹਾਡਾ ਪਾਸ ਹੈ ਆਪਣੀ ਗਣਕ ਉੱਥੇ ਲੈ ਕੇ ਤੁਸੀਂ ਮੰਡੀ ਪਹੁੰਚਾ ਦਿਓ ਇਹਦਾ ਕਾਰਨ ਇਹ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਇਕੱਠ ਹੋਵੇ ਮੰਡੀ 'ਚ ਜਿਉਂ ਇਕੱਠ ਹੁੰਦਾ ਹੈ ਉਹਦੇ ਨਾਲੇ ਬਿਮਾਰੀ ਵੱਧਦੀ ਹੈ ਤੋਂ ਉਸ ਨੂੰ ਰੋਕਣ ਵਾਸਤੇ ਔਰ ਸਾਡੇ ਪਿੰਡਾਂ ਨੂੰ ਸੁੱਖੀ ਰੱਖਣ ਵਾਸਤੇ ਔਰ ਇਸ ਬਿਮਾਰੀ ਤੋਂ ਦੂਰ ਰੱਖਣ ਵਾਸਤੇ ਸਾਨੂੰ ਇੱਕ ਦੋ ਇਹ ਜਿਹੇ ਕਦਮ ਸਾਨੂੰ ਚੱਕੜੇ ਪਏ ਔਰ ਮੈਂ ਆਸ ਕਰਦਾ ਕਿ 31 ਤਰੀਕ ਤੱਕ 31 ਮਈ ਤੱਕ ਅਸੀਂ ਇਸ ਕਣਕ ਨੂੰ ਪੂਰੀ ਨੂੰ ਚੱਕ ਲਾਂਗੇ ਹੁਣੇ ਬਿਮਾਰੀ ਦਾ ਤਰੀਕਾ ਇੱਕੋ ਹੀ ਹੈ ਜਿਹਦੇ ਨਾਲ ਅਸੀਂ ਇਹਨੂੰ ਰੋਕ ਸਕਦੇ ਹਾਂ ਇੱਕ ਤਾਂ ਨੇੜੇ ਨਾਲ ਇੱਕ ਦੂਜੇ ਦੇ ਆਓ ਆਪਣਾ ਜਿੰਨਾ ਸੋਸ਼ਲ ਡਿਸਟੈਂਸਿੰਗ ਕਹਿੰਦੇ ਨੇ 2 ਗਾਜ ਦੂਰ ਆਪਣੇ ਇੱਕ ਦੂਜੇ ਤੋਂ ਰਭੋ ਹੱਥ ਧੋ ਆਪਣੇ ਔਰ ਸਾਰਾ ਪ੍ਰਬੰਧ ਉੱਥੇ ਕੀਤਾ ਹੋਇਆ ਚਾਹੇ ਤੁਸੀਂ ਆੜਤੀ ਹੋ ਚਾਹੇ ਤੁਸੀਂ ਕਿਸਾਨ ਹੋ ਚਾਹੇ ਤੁਸੀਂ ਕੋਈ ਲੇਬਰ ਵਾਲੇ ਹੋ ਪਾਣੀ ਕੀਤਾ ਹੋਇਆ ਸਾਬਣ ਕੀਤਾ ਹੋਇਆ ਉੱਥੇ ਪ੍ਰਬੰਧ ਸਾਰੇ ਆਪਣੇ ਹੱਥੋਂ ਧੋ ਔਰ ਜਿਸ ਤਰੀਕੇ ਨਾਲ ਦੱਸਣਗੇ ਉੱਥੇ ਜਿਹੜੇ ਸਾਡੇ ਮੁਨਾਜ਼ਮ ਹੋਣਗੇ ਉਸੇ ਨਾਲ ਇੱਕ ਲਾਈਨ ਤਲੱਕ ਕੇ ਪਲੀਜ਼ ਆਪਣਾ ਕੰਮ ਕਰੋ ਇਹ ਆਪਣੇ ਪੰਜਾਬ ਦੀ ਸੁਰੱਖਿਆ ਵਾਸਤੇ ਜ਼ਰੂਰੀ ਹੈ